ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਇੱਕ ਵਾਰ ਇੱਕ ਬੱਚਾ ਆਪਣੀ ਗਰੀਬੀ ਤੋਂ ਇੰਨਾ ਜ਼ਿਆਦਾ ਦੁਖੀ ਹੋ ਗਿਆ ਸੀ ਕਿ ਉਹ ਜਦੋਂ ਆਪਣੇ ਮਿੱਤਰਾਂ ਨਾਲ ਖੇਡਦਾ ਪਿਆ ਸੀ ਤਾਂ ਉਹਨੇ ਕਿਹਾ ਵੀ ਜਾਂ ਤਾਂ ਮੈਂ 35 ਸਾਲਾਂ ਦੀ ਉਮਰ ਤੱਕ ਗਰੀਬੀ ਤੋਂ ਅਮੀਰੀ ਦੀ ਦੁਨੀਆ ਵਿੱਚ ਕਦਮ ਰੱਖ ਚੁੱਕਿਆ ਹੋਵਾਂਗਾ ਨਹੀਂ ਤਾਂ ਫਿਰ ਮੈਂ ਰੱਬ ਨੂੰ ਪਿਆਰਾ ਹੋ ਜਾਵਾਂਗਾ ਹੁਣ ਇੰਨੇ ਛੋਟੇ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਸਭ ਨੂੰ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਉਸ ਸਮੇਂ ਸਵੇਰੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਖਬਾਰ ਵੰਡਦਾ ਸੀ ਤੇ ਉਹਨੇ ਜੋ ਕਿਹਾ ਸੱਚ ਕੀਤਾ ਹੁਣ ਵੇਖੋ ਉਹਨੇ ਸੱਚ ਕੀਤਾ ਕਿਵੇਂ ਘਰ ਵਿੱਚ ਗਰੀਬੀ ਸੀ ਤਾਂ ਉਹ ਬੱਚੇ ਨੇ ਆਪਣਾ ਖਰਚਾ ਆਪ ਚੁੱਕਣ ਦੀ ਗੱਲ ਕੀਤੀ ਤੇ ਘਰ ਘਰ ਜਾ ਕੇ ਅਖਬਾਰ ਵੰਡਣ ਦੀ ਗੱਲ ਕੀਤੀ ਉਹ ਸਵੇਰੇ 5 ਵਜੇ ਉੱਠਦਾ ਅਖਬਾਰ ਵੜਨ ਕੇ ਆਉਂਦਾ ਪਰ ਕੁਝ ਦਿਨ ਮਿਹਨਤ ਕਰਨ ਤੋਂ ਬਾਅਦ ਉਹਨੂੰ ਪਤਾ ਲੱਗਾ ਵੀ ਜਿੰਨੇ ਪੈਸੇ ਉਹਨੂੰ ਚਾਹੀਦੇ ਨੇ ਉਹ ਉਹਨੂੰ ਨਹੀਂ ਕਮਾ پا ਰਿਹਾ ਉਹਨੇ ਪੈਸੇ ਨਹੀਂ ਕਮਾ پا ਰਿਹਾ ਤਾਂ ਸੋਚਣ ਲੱਗਾ ਕਿਉਂਕਿ ਉਹਦਾ ਮੰਨਣਾ ਸੀ ਵੀ ਇੱਕ ਬਿਨਾ ਪੈਰ ਵਾਲਾ ਮਨੁੱਖ ਵੀ ਨਾ ਪਹਾੜ ਦੇ ਸਿਖਰ ਨੂੰ ਜਾ ਕੇ ਹੱਥ ਲਾ ਸਕਦਾ ਤੇ ਇਹੀ ਜਜ਼ਬਾ ਆਪਣੇ ਵਿੱਚ ਹੋਣਾ ਚਾਹੀਦਾ ਬਸ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਉਹਨੇ ਜਾਣਾ ਕਿੱਥੇ ਹੈ ਜੇ ਆਪਣੇ ਕੋਲ ਜ਼ਿੰਦਗੀ ਦਾ ਕੋਈ ਗੋਲ ਹੀ ਨਹੀਂ ਫਿਰ ਭਾਵੇਂ ਆਪਣੇ ਚਾਰ ਪੈਰ ਕਿਉਂ ਨਾ ਹੋਣ ਤਾਂ ਵੀ ਕਿਤੇ ਨਹੀਂ ਪਹੁੰਚ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਜਾਣਾ ਕਿੱਥੇ ਤਾਂ ਇਹ ਹੀ ਉਹਦੀ ਕਾਮਯਾਬੀ ਦਾ ਪਹਿਲਾ ਰਾਜ ਬਣਿਆ ਉਹ ਹਰੇਕ ਚੀਜ਼ ਨੂੰ ਬੜੀ ਬਰੀਕੀ ਨਾਲ ਵੇਖਣ ਲੱਗਾ ਔਰ ਜਦੋਂ ਅਖਬਾਰ ਵਿੱਚ ਅੰਜਾਂਦਾ ਉਹਨੂੰ ਪਤਾ ਲੱਗਾ ਵੀ ਲੋਕਾਂ ਨੂੰ ਤਾਂ ਪੀਣ ਵਾਲੇ ਪਦਾਰਥ ਮਿੱਠੇ-ਖट्टे ਬੜੇ ਵਧੀਆ ਲੱਗਦੇ ਨੇ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਜ਼ਿਆਦਾ ਕੀ ਪਸੰਦ ਹੈ ਫਿਰ ਕੀ ਕੀਤਾ ਨੇ ਫਿਰ ਉਹਨੇ ਆਪਣੇ ਘਰ ਦੇ ਨੇੜੇ 'ਨ ਇੱਕ ਦੁਕਾਨ ਸੀ ਉਹਨੇ ਇੱਕ ਹਫ਼ਤੇ ਤੱਕ ਉੱਥੇ ਖੜ ਕੇ ਬੋਤਲਾਂ ਦੇ ਢੱਕਣ ਚੁੱਕਣੇ ਸ਼ੁਰੂ ਕੀਤੇ ਉਹਨੂੰ ਪਤਾ ਲੱਗਾ ਵੀ ਠੰਡਾ ਤੇ ਮਿੱਠਾ ਜਿਹੜਾ ਪਾਣੀ ਜ਼ਿਆਦਾ ਲੋਕ ਪਸੰਦ ਕਰਦੇ ਪਏ ਨੇ ਤਾਂ ਉਹਨੇ ਨਾਲ ਅਖਬਾਰ ਦੇ ਨਾਲ ਨਾਲ ਠੰਡਾ ਤੇ ਟੋਫੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਵੇਖਦੇ ਹੀ ਵੇਖਦੇ ਹੁਣ ਪਹਿਲਾਂ ਨਾਲੋਂ ਤਿੰਨ ਗੁਣਾ ਕਮਾਉਣ ਲੱਗ ਪਿਆ ਸੀ ਉਸ ਸਮੇਂ ਦੇ ਕਿਸੇ ਅੱਛੀ ਜਗ੍ਹਾ ਨੌਕਰੀ ਕਰਦੇ ਬੰਦੇ ਦੀ ਤਨਖਾਹ ਨਾਲੋਂ ਕਿਤੇ ਜ਼ਿਆਦਾ ਸੀ ਇਹ ਤਾਂ ਹੋ ਸਕਿਆ ਕਿਉਂਕਿ ਉਹ ਉਹ ਕੰਮ ਕਰਦਾ ਸੀ ਜੋ ਉਹਨੇ ਉਹਦੇ ਸੁਪਨੇ ਦੇ ਨੇੜੇ ਲੈ ਕੇ ਜਾਂਦਾ ਪਿਆ ਸੀ। ਉਹੀ ਕੰਮ ਉਹਨੂੰ ਕਰਦਾ ਸੀ ਕਿ ਜੋ ਉਹਨੂੰ ਅੱਗੇ ਵੱਲ ਵਧਾਉਂਦਾ ਪਿਆ ਸੀ। ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਉਹ ਨਾਲ-ਨਾਲ ਪੜਦਾ ਵੀ ਸੀ ਤੇ ਮੀਂਹ ਦੀ ਰੁੱਤ ਆ ਗਈ। ਮੀਂਹ ਦੀ ਰੁੱਤ ਕਾਰਨ ਲੋਕਾਂ ਦੇ ਘਰਾਂ ਵਿੱਚ ਉਹ ਚੀਜ਼ਾਂ ਨਹੀਂ ਸੀ ਪੰਜਾਬ ਆ ਰਹੀਆਂ। ਜਿਸ ਕਾਰਨ ਉਹਦੇ ਜੋ ਪੈਸੇ ਸੀ ਹੁਣ ਘਟਦੇ ਜਾ ਰਹੇ ਸੀ। ਪਰ ਉਹਦੇ ਜੋ ਪਿਤਾ ਸੀ ਹੁਣ ਵਧੀਆ ਕਮਾਈ ਕਰਨ ਲੱਗ ਪਏ ਸੀ। ਇਸ ਲਈ ਉਹ ਨਹੀਂ ਸੀ ਚਾਹੁੰਦੇ ਕਿ ਉਹਦਾ ਪੁੱਤਰ ਹੁਣ ਇਹ ਕੰਮ ਕਰੇ ਹੁਣ ਉਹ ਚਾਹੁੰਦੇ ਸੀ ਵੀ ਉਹਦਾ ਪੁੱਤਰ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਦੇਵੇ ਉਹ ਇੱਕ ਚੰਗਾ ਪੜ੍ਹਿਆ ਲਿਖਿਆ ਇਨਸਾਨ ਬਣੇ ਕਿਉਂਕਿ ਉਹਦਾ ਪਿਤਾ ਜੀ ਆਪ ਪੜ੍ਹੇ ਹੋਏ ਸਨ ਉਹਦਾ ਕਹਿਣਾ ਸੀ ਵੀ ਆਪਣੀ ਮੰਜ਼ਿਲ ਤੱਕ ਪਹੁੰਚਣ ਵਾਲੇ ਰਾਹ ਜ਼ਰੂਰ ਬਦਲਦੇ ਨੇ ਪਰ ਕਦੇ ਮੰਜ਼ਿਲ ਨੂੰ ਨਹੀਂ ਬਦਲਦੇ ਉਹ ਇੱਕ ਦਿਨ ਆਪਣੇ ਪਿਤਾ ਜੀ ਨਾਲ ਬੈਠਾ ਤੇ ਉਹਨਾਂ ਤੋਂ ਜਾਣਕਾਰੀ ਲਈ ਵੀ ਕਿਵੇਂ ਘਰ ਬੈਠੇ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਤੇ ਆਪਣੀ ਤਨਖਾਹ ਆਪਣੇ ਪੈਸਿਆਂ ਨੂੰ ਵੀ ਵਧਾ ਸਕਦੇ ਹੋ। ਉਹਨੂੰ ਇਹ ਗੱਲ ਬੜੀ ਵਧੀਆ ਲੱਗੀ ਵੀ ਕਿਵੇਂ ਆਪਾਂ ਕਿਸੇ ਕੰਪਨੀ ਦੇ ਵਿੱਚ ਪੈਸੇ ਲਾ ਉਹਦੇ ਆਪਾਂ ਕੁਝ ਹਿੱਸੇਦਾਰ ਬਣ ਜਾਂਦੇ ਆ। ਵੀ ਜਿਵੇਂ ਜਿਵੇਂ ਕੰਪਨੀ ਪੈਸੇ ਕਮਾਏਗੀ ਤੁਹਾਨੂੰ ਫਾਇਦਾ ਹੁੰਦਾ ਜਾਏਗਾ। ਫਿਰ ਉਹਨੇ ਆਪਣੇ ਘਰੋਂ ਵੱਖ-ਵੱਖ ਕਿਤਾਬਾਂ ਤੋਂ ਜਾਣਕਾਰੀ ਇਕੱਠੀ ਕੀਤੀ। ਆਪਣੇ ਪਿਤਾ ਜੀ ਵੀ ਤੋਂ ਜਾਣਕਾਰੀ ਲੈਂਦਾ ਅਤੇ ਰੋਜ਼ ਕਈ ਤਰ੍ਹਾਂ ਦੀਆਂ ਕਿਤਾਬਾਂ ਪੜ ਉਹਦੇ ਤੋਂ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਤਾਂ ਅਨੁਸਟ੍ਰੋਕ ਮਾਰਕੀਟ ਦੀ ਕੁਝ ਬਹੁਤ ਵਧੀਆ ਤੇ ਕੁਝ ਬਹੁਤ ਭੈੜੀਆਂ ਗੱਲਾਂ ਬਾਰੇ ਪਤਾ ਲੱਗਾ ਜਿਵੇਂ ਕਿ ਵੀ ਇਸ ਵਿੱਚ ਰਿਸਕ ਹੈ ਪਰ ਰਿਸਕ ਉਹਨਾਂ ਲਈ ਜਿਨ੍ਹਾਂ ਨੂੰ ਇਹ ਸਭ ਚੰਗੀ ਤਰ੍ਹਾਂ ਮੈਨੇਜ ਕਰਨਾ ਨਹੀਂ ਆਉਂਦਾ ਜਿਵੇਂ ਇੱਕ ਛੋਟੇ ਜਿਹੇ ਬੱਚੇ ਲਈ ਕਾਰ ਚਲਾਉਣਾ ਬੜਾ ਹੀ ਔਖਾ ਹੈ ਤੇ ਰਿਸਕ ਭਰਿਆ ਜੋਖਮ ਭਰਿਆ ਕੰਮ ਹੈ ਕਿਉਂਕਿ ਅਜੇ ਮੈਂ ਤਾਂ ਗੱਡੀ ਚਲਾਉਣੀ ਸਿੱਖੀ ਨਹੀਂ ਜੇ ਆਪਾਂ ਬਿਨਾਂ ਸਿੱਖੇ ਚਲਾਵਾਂਗੇ ਤਾਂ ਲਾਜ਼ਮੀ ਹੈ ਨਾ ਆਪਾਂ ਕਿਸੇ ਚੀਜ਼ ਵਿੱਚ ਵੱਜਾਂਗੇ ਤੇ ਗੱਡੀ ਤਾਂ ਖਰਾਬ ਹੋਵੇਗੀ ਹੋਵੇਗੀ ਕੀਬ ਤਾਂ ਰੱਬ ਨੂੰ ਵੀ ਪਿਆਰੇ ਹੋ ਜਾਈਏ ਐਵੇਂ ਹੀ ਮਨੁੱਖ ਨੂੰ ਵੀ ਕਈ ਕਈਆਂ ਨੂੰ ਸਟਾਕ ਮਾਰਕੀਟ ਦੇ ਮੈਨੇਜ ਕਰਨਾ ਨਹੀਂ ਆਉਂਦਾ ਤੇ ਬਿਨਾ ਸੋਚਿਆਂ ਅੰਨੇਵਾ ਪੈਸੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਇਹ ਨਹੀਂ ਦੇਖਦੇ ਕਿਹੜੀ ਜਗ੍ਹਾ ਠੀਕ ਹੈ ਕਿੱਥੇ ਲਾਉਣੇ ਆ ਕੀ ਕਰਨਾ ਤੇ ਫਿਰ ਜਦੋਂ ਐਵੇਂ ਹੀ ਆਪਾਂ ਪੈਸੇ ਲਾ ਦਿੰਨੇ ਆ ਫਿਰ ਹੱਥ ਕੁਝ ਨਹੀਂ ਆਉਂਦਾ ਇਸ ਲਈ ਇਸ ਬੱਚੇ ਨੇ ਪਹਿਲਾਂ ਕਿਵੇਂ ਕੰਮ ਕੰਮ ਕਰੀਦਾ ਉਹਦੇ ਫਾਇਦੇ ਕਿਵੇਂ ਲਈਦੇ ਨੇ ਉਹ ਸਭ ਸਿੱਖਿਆ। ਉਹਨੇ ਇਹ ਸਭ ਸਿੱਖਣ ਲਈ ਬਹੁਤ ਕੁਸ਼ਿਸ਼ ਕੀਤਾ ਤਾਂ ਕਿ ਉਹ ਬਿਨਾਂ ਕਿਸੇ ਜੋਖਮ ਤੋਂ ਕੰਮ ਨੂੰ ਚਲਾ ਸਕੇ। ਉਹਨੇ ਸਭ ਤੋਂ ਪਹਿਲਾਂ ਗੱਲ ਇਹ ਪਤਾ ਲੱਗੀ ਵੀ ਹਰੇਕ ਕੰਪਨੀ ਨੂੰ ਆਪਣਾ ਕੰਮ ਅੱਗੇ ਤੋਰਨ ਲਈ ਪੈਸੇ ਤਾਂ ਚਾਹੀਦੇ ਨੇ। ਜਿਵੇਂ ਆਪਾਂ ਵੀ ਕੋਈ ਕੰਮ ਕਰਦੇ ਆ ਉਹ ਕੰਮ ਕਰਨ ਲਈ ਆਪਾਂ ਨੂੰ ਦੁਨੀਆਵੀ ਕੰਮ ਕਰਨ ਲਈ ਪੈਸੇ ਤਾਂ ਚਾਹੀਦੇ ਨੇ ਨਾ। ਜਿਸ ਵਿੱਚ ਆਪਾਂ ਆਮ ਮਨੁੱਖ ਵੀ ਉਹਦੇ ਹਿੱਸੇਦਾਰ ਬਣ ਸਕਦੇ ਆ ਤੇ ਉਹਨਾਂ ਪੈਸਿਆਂ ਨਾਲ ਉਹ ਅੱਗੇ ਵਧਦੇ ਨੇ ਜੋ ਪੈਸੇ ਆਪਾਂ ਕੰਪਨੀ ਚ ਚਲਾਉਂਦੇ ਆ ਜੋ ਹਿੱਸੇਦਾਰ ਨੇ ਉਹਨਾਂ ਨੂੰ ਵੀ ਅੱਗੇ ਵਧਾਉਂਦਾ ਫਿਰੋ ਹਮੇਸ਼ਾ ਵੇਖੋ ਵੀ ਬਾਜ਼ਾਰ ਦੀ ਸਭ ਤੋਂ ਵਧੀਆ ਨਾਮੀ ਕੰਪਨੀ ਕਿਹੜੀ ਹੈ ਪਰ ਖਰਾਬ ਹਾਲਾਤਾਂ ਦੇ ਕਾਰਨ ਉਹ ਹਜੇ ਨਹੀਂ ਚੱਲ ਰਹੀ ਤਾਂ ਉਹਦੇ ਹਮੇਸ਼ਾ ਸ਼ੇਅਰ ਖਰੀਦੋ ਕਿਉਂਕਿ ਸ਼ੇਅਰ ਦੀ ਕੀਮਤ ਘਟ ਹੁੰਦੀ ਹੈ ਤਾਂ ਉਸ ਵਕਤ ਉਹਨੂੰ ਖਰੀਦ ਲਵੋ ਕਿਉਂਕਿ ਜੇਕਰ ਤੁਹਾਡੀ ਗੱਡੀ ਦਾ ਜੋ ਚਲਾਉਣ ਵਾਲਾ ਉਹ ਵਧੀਆ ਹੋਵੇਗਾ ਤਾਂ ਟੁੱਟੀ ਸੜਕ ਤੇ ਵੀ ਗੱਡੀ ਜ਼ਰੂਰ ਹੌਲੀ-ਹੌਲੀ ਚਲਾਵੇਗਾ ਕਦੇ ਵੀ ਗੱਡੀ ਨੂੰ ਡਿੱਗਣ ਨਹੀਂ ਦੇਵੇਗਾ ਜਿਉ ਮਾੜਾ ਸਮਾਂ ਜਾਂ ਟੁੱਟੀ ਸੜਕ ਖਤਮ ਹੋਵੇਗੀ ਗੱਡੀ ਫਿਰ ਸਹੀ ਚੱਲਣ ਲੱਗ ਜਾਵੇਗੀ ਜਦੋਂ ਕੰਪਨੀ ਸਹੀ ਰਸਤੇ ਆ ਜਾਵੇਗੀ ਨਾ ਤਾਂ shear ਆਪੇ ਉਹਦੇ ਲਾਭ ਦੇ ਨਾਲ ਵੇਚ ਸਕਦੇ ਐਵੇਂ ਕਰਾਂਗੇ ਤਾਂ ਆਪਾਂ ਨੂੰ ਫਿਰ ਕਦੇ ਵੀ ਕਿਸੇ ਪਾਸੋਂ ਨੁਕਸਾਨ ਨਹੀਂ ਹੋਵੇਗਾ ਜੋ ਚੀਜ਼ਾਂ ਆਪਣੀਆਂ ਨਿੱਜੀ ਜ਼ਿੰਦਗੀ ਵਿੱਚ ਕਰਦੇ ਆ ਉਸ ਪਾਸੇ ਇਨਵੈਸਟ ਕਰੋ ਉੱਥੇ ਖਰਚੋ ਵੇਖੋ ਜਿਵੇਂ ਉਹ ਬੱਚਾ ਅਖਬਾਰ ਵੇਚਦਾ ਸੀ ਉਹਨੂੰ ਪਤਾ ਸੀ ਵੀ ਅ ਕਿਹੜਾ ਅਖਬਾਰ ਸਭ ਤੋਂ ਵਧੀਆ ਹੈ ਕਿਹੜਾ ਅਖਬਾਰ ਲੋਕ ਵੱਧ ਪੜਨਾ ਪਸੰਦ ਕਰਦੇ ਨੇ ਉਹਨੂੰ ਪਤਾ ਸੀ ਕਿਉਂਕਿ ਰੋਜ਼ ਵੰਡ ਕੇ ਆਉਂਦਾ ਸੀ ਉਹਨੂੰ ਪਤਾ ਸੀ ਵੀ ਕਿਹੜਾ ਲੋਕ ਠੰਡਾ ਜ਼ਿਆਦਾ ਪੀਂਦੇ ਨੇ ਔਰ ਕਿਹੜਾ ਅਖਬਾਰ ਹੁਣ ਲੋਕਾਂ ਵਿੱਚ ਪ੍ਰਸਿੱਧ ਹੈ ਕਿਉਂਕਿ ਐਵੇਂ ਦੀ ਚੀਜ਼ ਕਦੇ ਵੀ ਨੁਕਸਾਨ ਵਿੱਚ ਨਹੀਂ ਜਾਂਦੀ ਐਵੇਂ ਉਸ ਬੱਚੇ ਨੇ ਆਪਣੇ ਬਾਪੂ ਨਾਲ ਮਿਲ ਕੇ ਲੰਮੇ ਸਮੇਂ ਲਈ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਦਾ ਨਤੀਜਾ ਕੀ ਨਿਕਲਿਆ ਕਿ ਜਦੋਂ ਉਹ 14 ਸਾਲ ਦਾ ਹੋਇਆ ਉਹ ਆਪਣੀ ਮਿਹਨਤ صدਕਾ 40 ਕਿਲੇ ਜ਼ਮੀਨ ਦਾ ਮਾਲਕ ਬਣ ਗਿਆ ਸੀ ਤੇ ਜਦੋਂ ਉਹਨੇ ਆਪਣੇ ਕਾਲਜ ਦੀ ਪੜਾਈ ਖਤਮ ਕੀਤੀ ਉਹ 70 ਤੋਂ 80 ਲੱਖ ਰੁਪਏ ਵੀ ਕਮਾ ਚੁੱਕਿਆ ਸੀ ਹੁਣ ਉਹਨੂੰ ਇਹ ਤਾਂ ਸਮਝ ਆ ਗਿਆ ਵੀ ਮੇਰੀ ਸੋਚ ਤੇ ਨੀਤੀਆਂ ਇੱਥੋਂ ਤੱਕ ਮੈਨੂੰ ਲੈ ਆਈਆਂ ਨੇ ਪਰ ਹੁਣ ਕੁਝ ਸੋਚ ਤੇ ਨੀਤੀਆਂ ਬਦਲਣ ਦਾ ਵੀ ਸਮਾਂ ਆ ਗਿਆ ਸੀ ਤਾਂ ਉਹਨੇ ਜੋ ਸਮੇਂ ਦਾ ਸਭ ਤੋਂ ਵਧੀਆ ਉਸ ਚੀਜ਼ ਵਿੱਚ ਮਾਹਰ ਸੀ ਉਹਨੂੰ ਆਪਣਾ ਅਧਿਆਪਕ ਬਨਾਇਆ ਉਹਨੂੰ ਆਪਣਾ ਗੁਰੂ ਬਨਾਇਆ ਤੇ ਉਸ ਕੋਲ 2 ਸਾਲ ਦਾ ਸਮਾਂ ਲਾਇਆ ਉਹਨੇ ਕਿਹਾ ਹਮੇਸ਼ਾ ਵੀ ਜੋ ਜਿਸ ਕੰਮ ਵਿੱਚ ਮਾਹਿਰ ਹੈ ਉਸ ਤੋਂ ਹੀ ਸਿੱਖਣਾ ਸ਼ੁਰੂ ਕਰੋ ਉਸ ਤੋਂ ਨਵੀਆਂ ਚੀਜ਼ਾਂ ਸਿੱਖੋ ਤਾਂ ਉਸਨੇ ਆਪਣੀ ਕੰਪਨੀ ਬਣਾਈ ਇਨਵੈਸਟ ਕਰਨ ਦੀ ਤੇ ਨਾਲ ਵਿੱਚ ਉਸਨੇ ਕੁਝ ਹੀ ਸਮੇਂ ਵਿੱਚ ਕਰੋੜਾਂ ਕਮਾ ਲਏ ਉਸ ਤੋਂ ਤੇ 30 ਸਾਲ ਦੀ ਉਮਰ ਵਿੱਚ ਉਹ ਇੱਕ ਅਰਬਪਤੀ ਬਣ ਗਿਆ ਤੇ ਆਪਣੇ ਛੋਟੇ ਹੁੰਦੇ ਖਵਾਬ ਨੂੰ ਉਹਨੇ ਪੂਰਾ ਕੀਤਾ ਕਹਿੰਦੇ ਨੇ ਗਰੀਬ ਘਰ ਜਨਮ ਹੋਇਆ ਇਹ ਸਾਡੀ ਗਲਤੀ ਨਹੀਂ ਹੈ ਪਰ ਜੇ ਆਪਾਂ ਗਰੀਬ ਹੀ ਮਰ ਜਾਂਦੇ ਆ ਤੇ ਇਸ ਵਿੱਚ ਆਪਣੀ ਗਲਤੀ ਜ਼ਰੂਰ ਹੈ। ਸਿਰਫ ਮਿਹਨਤ ਕਰਨ ਨਾਲ ਹੀ ਸਭ ਹਾਸਿਲ ਨਹੀਂ ਹੁੰਦਾ। ਮਿਹਨਤ ਦੇ ਨਾਲ ਨਾਲ ਸਹੀ ਨੀਤੀਆਂ ਅਤੇ ਸਮੇਂ ਦੀ ਵਰਤੋਂ ਵੀ ਕਰਨੀ ਆਉਣੀ ਚਾਹੀਦੀ ਹੈ। ਤੇ ਆਪਣੇ ਚ ਬਹੁਤੇ ਐਵੇਂ ਦੇ ਨੇ ਜੋ ਕਿ ਨਾ ਤਾਂ ਸਹੀ ਨੀਤੀਆਂ ਪਨਾਉਂਦੇ ਨੇ ਤੇ ਨਾ ਹੀ ਸਮੇਂ ਦੀ ਸਹੀ ਵਰਤੋਂ ਕਰਦੇ ਨੇ। ਆਪਾਂ ਤਾਂ ਆਪਣੇ ਸਮੇਂ ਦੀ ਕੀ ਤੁਰਵਰਤੋਂ ਹੀ ਕਰਦੇ ਆ। ਆਪਾਂ ਨੂੰ ਆਪਣੇ ਸਮੇਂ ਦੀ ਕੀਮਤ ਹੀ ਨਹੀਂ ਪਤਾ। ਤਾ ਹੀ ਮਨੁੱਖ ਜੇ ਆਪਣੇ ਸਮੇਂ ਦੀ ਵਧੀਆ ਵਰਤੋਂ ਕਰੇਗਾ ਸਹੀ ਸਮੇਂ ਤੇ ਸਹੀ ਨੀਤੀ ਚੱਲੇਗਾ ਤਾਂ ਹੀ ਮਨੁੱਖ ਕਾਮਯਾਬੀ ਤੇ ਰਾਹ ਤੇ ਚੱਲਦਾ ਹੈ ਹੁਣ ਦੇਖੋ ਆਪਾਂ ਇਹ ਨੀਤੀਆਂ ਅਪਣਾਉਣੀਆਂ ਆਂ ਜਾਂ ਸਮੇਂ ਦੀ ਸਹੀ ਵਰਤੋਂ ਕਰਨੀਆਂ ਆਪਣੇ ਭਾਰਤ ਵਿੱਚ ਬੰਬੇ ਸਟਾਕ ਐਕਸਚੇਂਜ ਤੇ ਦੂਜੀ ਨੈਸ਼ਨਲ ਸਟਾਕ ਐਕਸਚੇਂਜ ਆਪਾਂ ਇਹਨਾਂ ਦੋਹਾਂ ਵਿੱਚ ਕਿਸੇ ਵਿੱਚ ਵੀ ਕੰਮ ਕਰ ਸਕਦੇ ਆਂ ਦੋਨਾਂ ਵਿੱਚੋਂ ਕਿਸੇ ਵਿੱਚ ਵੀ ਇਨਵੈਸਟ ਕਰ ਸਕਦੇ ਆਂ ਇਦੇ ਲਈ ਡਿਮੈਂਡ ਅਕਾਊਂਟ ਖੋਲਣਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਕਿਸੇ ਬੈਂਕ ਵਿੱਚ ਖਾਤਾ ਖੁਲੋਣੇ ਆ ਨਾ ਤੇ ਫਿਰ ਵਿੱਚ ਪੈਸੇ ਰੱਖਦੇ ਆ ਲੋੜ ਪੈਣ ਤੇ ਵਰਤ ਲੈਨੇ ਆ ਓਵੇਂ ਇਸ ਖਾਤੇ ਵਿੱਚ ਆਪਾਂ ਜੋ ਸ਼ੇਅਰ ਖਰੀਦਦੇ ਆ ਉਹ ਰੱਖਦੇ ਆ ਜੋ ਸਮੇਂ ਆਉਂਤੇ ਆਪਾਂ ਉਹਨੂੰ ਵੇਚ ਕੇ ਅਤੇ ਉੱਤੋਂ ਲਾਭ ਕਮਾ ਸਕਦੇ ਇਹ ਤਰੀਕੇ ਨੇ ਜੋ ਆਪਾਂ ਨੂੰ ਇਹ ਸਭ ਤੋਂ ਬਾਹਰ ਕੱਢ ਸਕਦੇ ਨੇ ਇੱਕ ਬੱਚੇ ਦੀ ਕਹਾਣੀ ਹੈ ਜੋ ਕਿ ਬੜੀ ਛੋਟੀ ਉਮਰ ਵਿੱਚ ਹੀ ਬਹੁਤ ਵੱਡਾ ਬਣ ਗਿਆ ਸੀ ਆਪਾਂ ਨੂੰ ਵੀ ਐਵੇਂ ਦੀਆਂ ਜੀਮਣੀਆਂ ਤੋਂ ਸਿੱਖਣ ਦੀ ਲੋੜ ਹੈ ਐਵੇਂ ਦੇ ਬੰਦਿਆਂ ਤੋਂ ਸਿੱਖਣ ਦੀ ਲੋੜ ਹੈ ਕਹਿੰਦੇ ਨਾ ਹਮੇਸ਼ਾ ਉਹਦੇ ਤੋਂ ਮਾਹਿਰ ਤੋਂ ਸਿੱਖੋ ਕਿਉਂਕਿ ਜੋ ਪਹਿਲਾਂ ਹੀ ਮਾਹਿਰ ਹੈ ਉਹ ਹੀ ਕੋ ਸਿੱਖਣ ਨੂੰ ਦੇਗਾ ਜਿਹਨੂੰ ਕੁਝ ਆਉਂਦਾ ਹੀ ਨਹੀਂ ਉਹ ਆਪਾਂ ਨੂੰ ਕੀ ਸਿੱਖਣ ਨੂੰ ਦੇਗਾ ਇਸ ਲਈ ਰੋਜ਼ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ ਜੋ ਤੁਹਾਨੂੰ ਅੱਗੇ ਲੈ ਕੇ ਜਾਵੇ